ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ 'ਤੇ ਜਨਰਲ ਸਟੂਡੈਂਟਸ ਲਈ ਰੀਡਿੰਗ ਆ। ਇਸ ਦੇ ਵਿੱਚ ਸਭ ਤੋਂ ਪਹਿਲਾਂ ਐਡਵਰਟੀਜ਼ਮੈਂਟ ਦਿੱਤੀਆਂ ਹੋਈਆਂ। ਇਹ ਐਡਵਰਟੀਜ਼ਮੈਂਟ ਏ ਟੂ ਈ ਤੱਕ ਹੈ ਅਤੇ ਇਹਨਾਂ ਨੂੰ ਮੈਚ ਕਰਨਾ 1 to 4 ਕੁਸ਼ਚਨਸ ਦੇ ਨਾਲ, ਅਤੇ ਨੈਕਸਟ ਜਿਹੜਾ 6 to 14 ਤੱਕ ਆ। ਇਸ ਦੇ ਵਿੱਚ ਏ ਟੂ ਈ ਤੱਕ ਪੈਰਾਗ੍ਰਾਫ ਦਿੱਤੇ ਹੋਏ ਆ, ਉਹਨਾਂ ਨੂੰ ਜਿਹੜੀਆਂ ਸਟੇਟਮੈਂਟ ਦਿੱਤੀਆਂ ਆ ਉਹਨਾਂ ਨੂੰ ਮੈਚ ਕਰਨਾ ਹੈ। ਅਤੇ ਨੈਕਸਟ ਜਿਹੜਾ ਉਸਦਾ ਟਾਈਟਲ ਨੇਮ ਹੈਗਾ ਸਟੂਡੈਂਟ ਲਾਈਫ ਇਹ ਕੰਟਰੀ ਵਾਰੀ ਕਾਲਜ। ਇਸ ਦੇ ਵਿੱਚ 15 to 20 ਤੱਕ ਟਰੂ ਫਾਲਸ ਐਂਡ ਨੋਟ ਗਿਵਨ ਆ। ਅਤੇ ਨੈਕਸਟ ਜਿਹੜਾ ਪੈਸੇਜ ਉਹ ਇਸੇ ਨਾਲ ਹੀ ਰਿਲੇਟਡ ਆ। ਇਸਦਾ ਟਾਈਟਲ ਨੇਮ ਹੈਗਾ ਕੰਟਰੀ ਵਾਰੀ ਕਾਲਜ। ਇਸ ਦੇ ਵਿੱਚ ਲਿਸਟ ਆਫ ਕੋਰਸਿਸ ਦਿੱਤੇ ਹੋਏ ਆ ਏ ਟੂ ਐਚ, ਅਤੇ ਇਹ ਜਿਹੜੇ ਲਿਸਟ ਆਫ ਕੋਰਸ ਆ ਇਹ 21 to 27 ਤੱਕ ਜਿਹੜੇ ਕੁਸ਼ਚਨਸ ਆ ਉਹਨਾਂ ਨਾਲ ਮੈਚ ਕਰਨਾ ਹੈ। ਅਤੇ ਨੈਕਸਟ ਹੈ ਜਿਹੜਾ ਉਸਦਾ ਟਾਈਟਲ ਨੇਮ ਹੈਗਾ ਦਾ ਹਿਸਟਰੀ ਆਫ ਅਰਲੀ ਸਿਨੇਮਾਸ। ਇਸ ਦੇ ਵਿੱਚ 28 to 30 ਤੱਕ ਜਿਹੜੇ ਆ 3 ਰੀਜ਼ਨਸ ਨੂੰ ਫਾਇੰਡ ਕਰਨਾ ਹੈ। ਇਹ ਏ ਟੂ ਐਫ ਆਪਸ਼ਨਸ ਦਿੱਤੀਆਂ ਹੋਈਆਂ ਉਹਨਾਂ ਵਿੱਚੋਂ ਫਾਇੰਡ ਕਰਨਾ। 31 to 33 ਤੱਕ ਕੁਸ਼ਚਨਸ ਦੇ ਆਂਸਰਸ ਦੇਣੇ ਆ, ਇਹ ਨੋ ਮੋਰ ਦੈਨ 3 ਵਰਡਸ ਦੇਣੇ ਆ। ਅਤੇ ਲਾਸਟ ਦੇ ਵਿੱਚ 34 to 40 ਤੱਕ ਜਿਹੜੇ ਆ ਸਟੇਟਮੈਂਟਸ ਨੂੰ ਮੈਚ ਕਰਨਾ ਹੈ। ਅਤੇ ਇਸ ਵਿੱਚ ਏ ਟੂ ਜੇ ਕੰਟਰੀਜ਼ ਦੀ ਲਿਸਟ ਦਿੱਤੀਆਂ ਹੋਈਆਂ ਅਤੇ ਉਹਨਾਂ ਦੇ ਨਾਲ ਮੈਚ ਕਰਨਾ ਹੈ। ਅਤੇ ਹੁਣ ਆਪਾਂ ਰੀਡਿੰਗ ਸਟਾਰਟ ਕਰਦੇ ਹਾਂ।